ਨਜਾਇਜ਼ ਸਬੰਧਾਂ ਦੇ ਮਾਮਲਿਆਂ ਦੀਆਂ ਖਬਰਾਂ ਤੁਸੀਂ ਅਕਸਰ ਹੀ ਸੁਣਦੇ ਰਹਿੰਦੇ ਹੋ, ਜਿਸ ਵਿੱਚ ਜ਼ਿਆਦਾਤਰ ਲੋਕਾਂ ਵੱਲੋਂ ਆਸ਼ਕਾਂ ਦੀ ਪਟਾਈ ਕੀਤੀ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਮਾਮਲਾ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਆਸ਼ਕ ਦੀ ਨਹੀਂ ਬਲਕਿ ਪਤੀ ਦੀ ਕੁੱਟਮਾਰ ਹੋਈ ਹੈ। ਦਰਅਸਲ ਇਹ ਮਾਮਲਾ ਫਿਰੋਜ਼ਪੁਰ ਦੇ ਮੁਲਤਾਨੀ ਗੇਟ ਦੇ ਧੋਬੀ ਮੁਹੱਲੇ ਦਾ ਹੈ, ਜਿੱਥੇ ਇੱਕ ਕਾਜਲ ਨਾਮਕ ਔਰਤ ਦੇ ਕਿਸੇ ਅਮਨਜੋਤ ਨਾਮਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਕਾਜਲ ਦੇ ਪਤੀ ਸੁਨੀਲ ਕੁਮਾਰ ਨੇ ਕਈ ਵਾਰ ਅਮਨਜੋਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਅੱਜ ਜਦੋਂ ਸੁਨੀਲ ਕੁਮਾਰ ਕੰਮ ਤੋਂ ਘਰ ਆਇਆ ਤਾਂ ਅਮਨਜੋਤ ਘਰ ਦੇ ਅੰਦਰ ਸੀ ਅਤੇ ਅਮਨਜੋਤ ਨੇ ਸੁਨੀਲ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਇਸ ਪੂਰੇ ਮਾਮਲੇ ਦੀ ਵੀਡੀਓ ਬਣਾ ਲਈ। ਮਹਾਰਾਜ ਜੀ, ਹਾਂਜੀ, ਮੈਂ ਧੋਬੀ ਮੁਹੱਲੇ ਮੁਲਤਾਨੀ ਗੇਟ ਡਾਕਟਰ ਪੁੰਨਮ ਨਾਇਕ ਜੀ ਬੋਲ ਰਿਹਾ ਜੀ, ਮੇਰਾ ਘਰ ਹੈ ਜੀ। ਇਹ ਜੀ ਮੇਰੀ ਪਤਨੀ ਕਾਜਲ, ਉਹਦੇ ਅਮਨਜੋਤ ਨਾਂ ਦੇ ਇੱਕ ਲੜਕੇ ਨਾਲ ਨਜਾਇਜ਼ ਸੰਬੰਧ ਨੇ। ਅੱਜ ਤੋਂ 3 ਮਹੀਨੇ ਪਹਿਲਾਂ ਇਸ ਅਮਨਜੋਤ ਨੇ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਸੀ। ਮੈਂ SSP ਦਫ਼ਤਰ ਅਤੇ ਵੂਮੈਨ ਸੈੱਲ ਦੇ ਵਿੱਚ ਦਿਖਾ ਦਿੱਤੀ ਸੀ, ਪਰ ਮੇਰੀ ਉੱਥੇ ਕੋਈ ਸੁਣਵਾਈ ਨਹੀਂ ਹੋਈ। ਇਹਦੇ ਮੇਰੀ ਘਰ ਵਾਲੀ ਦੇ ਅਤੇ ਅਮਨਜੋਤ ਦੇ ਆਪਣੇ ਨਜਾਇਜ਼ ਸੰਬੰਧ ਨੇ। ਠੀਕ ਹੈ, ਜੇ ਅਗਰ ਮੈਂ ਕੋਈ ਥਾਣੇ ਦੇ ਵਿੱਚ ਜਾਂ ਕਿਤੇ ਜਾ ਕੇ ਮੈਂ ਆਪਦੀ ਨਿਆਇਕ ਦੀ ਕਹਿੰਦਾ ਵਾਂ, ਅਤੇ ਇਹ ਮੈਨੂੰ ਕਹਿੰਦੇ ਨੇ ਵੀ ਕਿ ਪੁਲਿਸ ਸਾਡਾ ਕੁਛ ਨਹੀਂ ਵਿਗਾੜ ਸਕਦੀ, ਅਤੇ ਪੁਲਿਸ ਨੂੰ ਅਸੀਂ ਪੈਸੇ ਦਿੱਤੇ ਹੋਏ ਨੇ ਅਤੇ ਉਹ ਸਾਡੇ ਹੀ ਹੱਕ ਦੇ ਵਿੱਚ ਗੱਲ ਹੈਗੀ। ਵੂਮੈਨ ਸੈੱਲ ਦੇ ਵਿੱਚ ਵੀ ਮੈਂ ਘੱਟੋ ਘੱਟ 5-7 ਦਰਖਾਸਤਾਂ ਦਿੱਤੀਆਂ, ਥਾਣਾ ਸਿਟੀ ਦੇ ਵਿੱਚ ਵੀ ਦਿੱਤੀਆਂ, ਅਤੇ ਅਮਨਜੋਤ ਦਾ ਨਾਲ ਲੜਕੇ ਨੇ ਅੱਗੇ ਕੱਲ੍ਹ ਸ਼ਾਮ ਰਾਤ ਦੇ ਕੋਈ 8:30 ਵਜੇ ਪਹਿਲਾਂ ਮੇਰੇ ਬੰਦੇ ਮੇਰੇ ਘਰ ਆ ਕੇ ਬੰਦੇ ਗੱਲ ਪੁਆਏ ਅਤੇ ਅੱਜ ਸਵੇਰੇ। ਅੱਜ ਤੁਸੀਂ ਕਿਵੇਂ ਫੜਿਆ ਆਪਣੀ? ਅੱਜ ਮੈਂ ਨਾ ਆਪਦਾ ਕੰਮ 'ਤੇ ਗਿਆ ਹੋਇਆ ਸੀ ਜੀ। ਠੀਕ ਹੈ ਜੀ, ਅਤੇ ਮੈਂ ਜਦੋਂ ਕੰਮ ਤੋਂ ਆਇਆ ਨਾ ਅਤੇ ਇਹ ਅਮਨਜੋਤ ਨਾਲ ਅਤੇ ਇਹ ਨਾ ਮੇਰੇ ਘਰ ਆਇਆ ਹੋਇਆ ਸੀ। ਜਦੋਂ ਮੈਂ ਇਹਨੂੰ ਰੋਕਿਆ ਤਾਂ ਇਹ ਇਹਦੇ ਨਾਲ 3 ਮੁੰਡੇ ਹੋਰ ਸੀ ਅਨਪੁੱਛਤ, ਮੈਂ ਉਹਨਾਂ ਨੂੰ ਜਾਣਦਾ ਨਹੀਂ, ਉਹ ਇਹਨਾਂ ਨੂੰ ਜਾਣਦੇ ਨੇ। ਠੀਕ ਹੈ, ਅਮਨਜੋਤ ਨੇ ਕੀ ਕੀਤਾ ਜੀ, ਮੈਂ ਰੋਕਿਆ ਅਤੇ ਇਹ ਸਿੱਧਾ ਹੀ ਮੇਰੇ ਗੱਲ ਪੈ ਗਿਆ ਜੀ। ਅਤੇ ਮੈਂ ਇਹਦੇ ਕੋਲ ਇੱਕ ਆਪਣੀ ਛੋਟੀ ਜਿਹੀ ਛੁਰੀ ਸੀ ਅਤੇ ਇੱਕ ਜਿਹਨੂੰ ਆਪਾਂ ਆਪਣਾ ਪੰਚ ਜਿਹਾ ਸੀ, ਉਹਨੇ ਮੇਰੇ ਤੋਂ ਸਿਰ 'ਤੇ ਵਾਰ ਕੀਤੇ ਆ। ਅਤੇ ਉਸ ਵਕਤ ਪੂਰਾ ਮੁਹੱਲਾ ਮੇਰਾ ਗਵਾਹ ਹੈ ਜਦੋਂ ਇਹ ਮੇਰੇ ਗੱਲ ਪਏ ਨੇ। ਅਤੇ ਜਦੋਂ ਮੈਂ ਰੋਕਿਆ ਉਹਨੂੰ ਤਾਂ ਉਹ ਕਹਿੰਦਾ ਜਿੰਨਾ ਮਰਜ਼ੀ ਚੋਰ ਵਾਲਾ, ਫਿਰ ਵੀ ਪੁਲਿਸ ਸਾਡੇ ਹੱਕ ਦੇ ਵਿੱਚ ਗੱਲ ਕਰੇਗੀ। ਤੁਸੀਂ ਕੀ ਮੰਗ ਕਰਦੇ ਹੋ? ਹੁਣ ਮੈਂ ਇਹ ਚਾਹੁੰਦਾ ਵਾਂ ਕਿ ਇਹ ਅਮਨਜੋਤ ਜਿਹੜਾ ਲਾਈਫ ਸਵੇਅਰ ਦਾ ਕੈਸ਼ੀਅਰ ਹੈ ਅਤੇ ਇਹ ਆਪਣਾ ਕੈਸ਼ੀਅਰ ਹੈ, ਇਹ ਮੈਨੂੰ ਇਹ ਆਪਦੇ ਪੈਸੇ ਦੇ ਜ਼ੋਰ 'ਤੇ ਮੇਰਾ ਘਰ ਇਨਸਾਫ ਦੀ ਮੰਗ ਕਰਦੇ। ਹਾਂਜੀ ਹਾਂਜੀ, ਮੈਨੂੰ ਨਿਆਂ ਚਾਹੀਦਾ, ਮੇਰੀ ਕੋਈ ਕਾਰਵਾਈ ਨਹੀਂ, ਕੋਈ ਵੀ ਨਹੀਂ ਕਾਰਵਾਈ ਹੁੰਦੀ ਵੀ ਨਾ ਹੀ ਮੈਨੂੰ ਨਿਆਂ ਮਿਲਦਾ ਪਿਆ। ਇਹ 3 ਵਾਰੀ ਮੇਰੇ ਨਾਲ ਹਮਲਾ ਹੋਇਆ, ਜੇਕਰ ਭਵਿੱਖ ਦੇ ਵਿੱਚ ਮੇਰੇ 'ਤੇ ਮੈਨੂੰ ਕੁਛ ਵੀ ਹੁੰਦਾ ਤਾਂ ਮੇਰੀ ਜਾਨ ਦਾ ਜ਼ਿੰਮੇਵਾਰ ਅਮਨਜੋਤ ਅਤੇ ਮੇਰੇ ਘਰ। ਉੱਧਰ ਜਦੋਂ ਇਸ ਸੰਬੰਧੀ ਅਮਨਜੋਤ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪੱਤਰਕਾਰਾਂ ਨਾਲ ਹੀ ਬਦਸਲੂਕੀ ਕੀਤੀ ਅਤੇ ਖਬਰ ਨਾ ਚਲਾਉਣ ਦੀ ਧਮਕੀ ਵੀ ਦਿੱਤੀ। ਜ਼ਿਕਰਯੋਗ ਹੈ ਕਿ ਅਮਨਜੋਤ ਇੱਕ ਸੰਸਥਾ ਦਾ ਕੈਸ਼ੀਅਰ ਹੈ ਅਤੇ ਇੱਥੇ ਸਵਾਲ ਉੱਠਦਾ ਹੈ ਕਿ ਜੇਕਰ ਇੱਕ ਸੰਸਥਾ ਚਲਾਉਣ ਵਾਲਾ ਹੀ ਲੋਕਾਂ ਦਾ ਘਰ ਬਰਬਾਦ ਕਰਨ ਲੱਗ ਜਾਵੇ ਤਾਂ ਆਮ ਲੋਕਾਂ ਦਾ ਕੀ ਬਣੂਗਾ? ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।